भी पाउंदा पर इहदा देखो किन्ना फर्क आ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਪ੍ਰਦੀਪ ਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗ। ਤੇ ਅਸੀਂ ਚੱਲੇ ਸਮਾਨ ਦੇੜ ਕੇ ਆਉਂਦੇ ਆ ਯਾਰ ਥੋੜਾ ਜਿਹਾ। ਤੇ ਅੱਜ ਸਾਡੀ ਸਲਾਹ ਹੈਗੀ ਆ ਕੁਝ ਪਾਰਟੀ ਖਾਣ ਪੀ ਕੇ ਆਉਣ ਦੀ, ਤੇ ਅੱਜ ਸਾਰਿਆਂ ਨੇ ਇਕੱਠੇ ਹੋਇਆ ਖਾਵਾਂਗੇ ਪੀਵਾਂਗੇ। ਆਹ ਤਿੰਨ ਕੁ ਜਾਣੇ ਨਹੀਂ ਹੈਗੇ, ਹੋਰ ਵੀ ਹੈਗੇ ਨੇ ਜਾਣੇ। ਫਿਲਹਾਲ ਜਿਹੜਾ ਮੋਟਰਸਾਈਕਲ ਆ ਉਹ ਮੈਂ ਘਰੇ ਖੜਾਉਣਾ, ਕਿਉਂਕਿ ਇਹ ਸ਼ਹਿਰ 'ਚ ਲਿਜਾਣ ਜੋਗਾ ਹੈ ਨਹੀਂਗਾ ਹਾਲੇ। ਇਹ ਤਾਂ ਲਿਜਾ ਵੀ ਸਕਦੇ ਹਾਂ ਪਰ ਲਿਜਾਣ ਜੋਗਾ ਹੈਗਾ, ਫਿਰ ਇਹ ਮੁੜਨਾ ਨਹੀਂ ਹੈਗਾ ਜੇ ਟੈਨਸ਼ਨ ਪੈ ਗਈ, ਕਿਉਂਕਿ ਮੈਂ ਤਾਂ ਜਲਦੀ। ਵੈਸੇ ਮੈਂ ਸੋਚ ਰਿਹਾ ਵੀਰਾ ਬੈਂਡ ਵੀ ਰੀਜਨਲ ਪਾ ਦਾਂ, ਸਲੰਸਰ ਵੀ ਰੀਜਨਲ ਪਾ ਦਾਂ, ਲਾਈਟ ਵੀ ਰੀਜਨਲ ਪਾ ਦਾਂ, ਸਾਰਾ ਕੁਝ ਮੋਡੀਫਿਕੇਸ਼ਨ ਲਾ ਦਾਂ। ਮੇਰਾ ਜੀ ਕਰਦਾ ਹੈ ਪਤਾ ਨਹੀਂ ਕਿਉਂ। ਨਹੀਂ ਨਹੀਂ ਮੈਂ ਹੀ ਚਲਾਉਂਗਾ ਪਰ ਰੈਡ ਲੈ। ਹਾਂ ਇਹ ਕਰ, ਇਹ ਬੜਾ ਗਾਣਾ ਘਰੇ ਤੇ ਕਿਸੇ ਹੋਰ ਦਾ ਮੋਟਰਾਂ ਕਰੋ ਫਿਰ ਰੈਡੀ। ਚਲੋ ਤੇਰੇ ਨੂੰ ਨੰਦਰ ਨੂੰ ਉਹਨੂੰ ਵੀ ਬਿਠਾ ਲੈ, ਚੱਲ ਚੱਲੀਆਂ ਆਪਾਂ ਮੋਟਰਾਂ ਲੈ ਕੇ ਨਾ। ਤੂੰ ਮੋਟਰਾਂ ਦੇਖੋ ਕਿੰਨੇ ਨੇ, ਨੇਰੇ ਨੂੰ ਵੀ ਗਏ ਮੋਟਰਸਾਈਕਲ ਚੱਕ ਲੈ। ਖੜ ਜਾਓ ਇੱਧਰ ਨੂੰ ਨਾ ਜਾਇਓ ਨਾ ਹਲੇ, ਤੁਰਨਾ ਪਿਓ। ਕੋਈ ਹੁਣ ਹੈਗਾ ਮੈਂ ਹਨੇਰਾ ਤੇ ਮਿਲਖਾ ਇੱਕ ਮੋਟਰਸਾਈਕਲ ਤੇ, ਬਾਕੀ ਦੇ ਅਲੱਗ 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 ਮੋਟਰਸਾਈਕਲ ਤੋਂ ਆ ਰਹੇ ਨੇ ਤੇ ਆਪਾਂ ਚੱਲਦੇ ਹੁਣ ਮਿਲਦੇ ਤੁਹਾਨੂੰ ਜਾ ਕੇ ਮੇਲਕੋਟਲੇ। ਸਬਸਕ੍ਰਾਈਬਰ ਵੀ ਮਿਲ ਗਿਆ ਆਪਾਂ ਬਈ। ਹੋਰ ਗੱਲਾਂ ਸਾਡੇ ਪਲਟੀਨੇ 'ਚ ਤੇਲ ਮੁੱਕ ਗਿਆ ਮੇਰੇ ਵੀਰੋ, ਰਿਜ਼ਰਵ ਦੀ ਪਹਿਲਾਂ ਹੀ ਹੈਂ ਹੁਣ ਮੈਂ ਵੀ ਰੋੜ ਕੇ ਲੈ ਕੇ ਆਵਾਂਗੇ। ਪ੍ਰਦੀਪ ਲਾਓ ਜਿਹੜੇ ਪਲਟੀਨਾ ਰੋਡ ਤੇ ਚੰਗੇ ਲੱਗਣਗੇ। ਇਹ ਪਲਟੀਨਾ ਵੀਰੇ ਪੋਰਟ ਨਹੀਂ ਹੈਗਾ। ਚਲੋ ਪਲਟੀਨਾ ਇੱਦਾਂ ਰੱਖ ਲੈਂਦਾ, 50 ਤੇਲ ਰੱਖਿਆ ਕਰ। ਇਹਨੇ ਕਹਿਣਾ ਬੜਕ ਨਹੀਂ ਤੇਲ ਦੇਖਣੇ ਆ, ਕਹਿਣਾ ਪਹਿਲਾਂ ਚਲਾਉਣ ਤੋਂ ਪਹਿਲਾਂ ਟੈਂਕੀ ਤੇ ਲਗਾ ਲਾ। ਆਏ ਦੇਖੀ ਜਾਂਦਾ ਵੀ ਸੂਪ ਦਾ ਦਰੀ ਹੈਨ ਕਾ ਬਹੁਤ ਸੋਹਣੇ ਲੱਗਦੇ ਨੇ ਬਾਈ। ਸੌਂ ਖਾ ਸੌਂ ਲੱਗੇ ਤੋਰ ਨਾਲਾ ਕੰਮ ਦਾ ਨੇ ਕਰਿਆ ਹੀ ਨਹੀਂ ਕਦੇ। ਆਇਆ ਜਾ ਕੁਝ ਕਰਨਾ ਪੈਂਦਾ ਹੈ ਚੱਕ ਮੇਰੇ। ਅੱਛਾ ਉਹ ਹਵਾ ਨਾਲ ਸੱਲਣ ਬੱਗ ਗਿਆ ਤੇਲ ਛੇਦੀ ਦੀ ਬਾਈ, ਉੱਥੇ ਪੰਪ ਤੱਕ ਪਹੁੰਚਣ ਵਾਲੇ ਪੰਪ ਆ ਪਿਆ। 3 4 5 ਤੋਰੂਗਾ ਬਾਈ ਅੱਜ। ਉਹੀ ਵੈਰਾਈਟੀਆਂ ਆਈਆਂ ਹੈਗੀ ਲੈ ਲੈ, ਇਹਦਾ ਤੋਰੂ ਹੈ ਤੋਰੂ ਅੱਜ। ਗੱਜ ਕੇ ਜੇ ਮਾਰ ਮੜੀ ਇੱਕ ਵਾਰ ਆਰ ਹੁੰਦੇ ਉਤਰੀਏ। ਉਤਰ ਜਾ ਉਤਰ ਜਾ, ਕੋਈ ਫਾਇਦਾ ਨਹੀਂ। ਮੈਂ ਕਹਿੰਦਾ ਆਪਾਂ 3 ਜਣ ਤਾਂ ਹੈਗੇ ਨੂੰ ਐ ਚੱਕ ਕੇ ਆਈ। ਫਿਰ ਵੀ ਤੇਲ ਕਿਵੇਂ ਆ ਜੋ ਅੱਜ ਆਉਣਾ ਹੀ ਨਹੀਂ ਪੁੱਠਾ, ਤਾਂ ਕਰਕੇ ਤੇਲ ਤਾਂ ਹੈ ਉਹ ਨਹੀਂ ਜ਼ਿਆਦਾ। 5 ਕਿਲੋਮੀਟਰ ਕਾਕਾ ਚੱਲੂ ਇਹ, ਪੈਟਰੋਲ ਪੰਪ ਤੱਕ ਬੰਦ ਨਹੀਂ ਹੁੰਦਾ, ਮੈਂ ਬੰਦ ਕਰੂੰਗਾ ਉੱਥੇ ਜਾ ਕੇ। ਠੀਕ ਆ ਚੱਲ ਚੱਲ ਲੈ, ਹੂੰ ਜਾਂਚ ਕੇ ਪਾ ਲਿਆ ਤੇਲ। ਹੁਣ ਦੇਖ ਪੰਪ ਤੱਕ ਬੰਦ ਨਹੀਂ ਹੋਣਾ ਚਾਹੀਦਾ ਇਹ, ਮੈਂ ਬੰਦ ਕਰੂੰਗਾ ਜਾ ਕੇ। ਬਸ ਠੀਕ ਆ, ਆਪਦੇ ਆਪ ਬੰਦ ਨਹੀਂ ਹੁੰਦਾ ਇਹ, ਆਪਦੇ ਆਪ ਪੰਪ ਤੱਕ ਪਹੁੰਚ ਗਿਆ, ਬੰਦ ਨਹੀਂ ਹੋਇਆ। ਬੰਦ ਹੋਣਾ ਹੀ ਨਹੀਂ ਇਹਨੇ, ਜੇ ਪਲਟੀਨਾ ਫਿਰ ਪਖੰਡ ਕਾਹਦੇ ਕਰ ਲਈ, ਪੰਗੇ ਪਹਿਲੇ ਲੈਂਦਾ ਕਿਉਂ। ਪਹਿਲੀ ਮੰਨ ਜਾਂਦਾ ਇਹ, ਦੇਖ ਲੈ ਹੋਇਆ ਵੀਰੇ, ਪਹਿਲੀ ਮੰਨ ਜਾਂਦਾ ਵੀ ਹੈਗਾ ਤੇਲ। 99 ਰੁਪਇਆ ਪਵਾਇਆ ਨੇ, ਰੁਪਇਆ ਛੱਡ ਦੇਣਾ ਨੇ ਟਿਪ ਦੇ ਦੇਣੀ ਹੈ। ਤੇ ਹੁਣ ਅਸੀਂ ਪਹੁੰਚ ਗਏ ਮਰੇਲਕੋਟਲੇ, ਸਾਰਿਆਂ ਨੇ ਬੰਦ ਕਰ ਲਿਆ ਹੂੜੀ। ਚੱਲ ਪਿਆ ਚੱਲ ਪਿਆ, ਕੁਲਫੀ ਦੀ ਕਹਾਣੀ ਸੁਣਾਉਂਦਾ ਸੀ, ਕਹਿੰਦਾ ਕੁਲਫੀ ਇੱਕ ਵਾਰੀ ਖਾਧੀ ਸੀ, ਉਹਦੇ ਵਿੱਚ ਕਹਿੰਦਾ ਮੱਕੜੀ ਆ ਗਈ, ਫਿਰ ਕਹਿੰਦਾ ਸੀ ਉਹ ਸਿੱਟਤੀ, ਫਿਰ ਨਵੀਂ ਨਵੀਂ ਲਈ, ਉਹ ਤੋਂ ਵੀ ਉਹੀ ਪੈਸਿਆਂ 'ਚ ਵੀ ਮੱਕੜੀ ਆ ਗਈ ਸੀ। ਉਹ ਕੀ ਹੋ ਗਿਆ ਰੱਜੇ ਹੋਏ ਕਿੱਥੇ ਲਿਆਏ, ਦੇਖ ਕੀ ਹੋਇਆ ਕੀ ਹੋਇਆ ਇਹਨਾਂ ਨੂੰ। ਦੇਖੋ ਮਿਲਖਾ ਤੇ ਮੰਤਰੀ ਹੈਗੇ ਨੇ ਵੈਸ਼ਨੂੰ ਬੰਦੇ, ਤਾਂ ਕਰਕੇ ਆਪਦਾ ਅਲੱਗ ਪਾਰਟੀ ਕਰਕੇ ਆਉਣਗੇ, ਅਸੀਂ ਬਾਕੀ ਸਾਰੇ ਅਲੱਗ ਕਰਾਂਗੇ। ਹੈਂ ਚਲੋ ਮੰਤਰੀ ਨੂੰ ਨਾਲ ਰਖੜੀ ਕਰ ਦਿਓ। ਮਖੌਟੇ ਪਏ ਮੈਨੂੰ ਘੈਂਟ ਲੱਗ ਰਹੇ ਨੇ ਵੈਸੇ, ਕਿੰਨਾ ਬਾਈ ਇਹ ਕੋਈ ਵੀ ਆ ਕਿੰਨਾ, ਆ 100 ਰੁਪਏ, ਆ 60 ਰੁਪਏ, 50 ਰੁਪਏ, ਆ ਉੱਪਰ ਵਾਲੇ 50 ਦੇ ਰਹੇ ਹੈ। ਤੇ ਹੁਣ ਅਸੀਂ ਖਾ ਰਹੇ ਹਾਂ ਰੋਟੀ, ਰੋਟੀ ਖਾ ਕੇ ਆ ਸਾਰਿਆਂ ਨੇ ਬੈਠਿਆ ਨੇ, ਖਾ ਕੇ ਕੌਣ ਮਿਲਦਾ ਤੁਹਾਨੂੰ, ਗੋਲ ਗੱਪੇ ਦਹੀਂ ਭੱਲੇ ਤੇ ਗੰਨੇ ਦਾ ਰਸ ਵੀ ਦੇ ਰਹੇ ਨੇ ਮੰਤਰੀ ਨੇ। ਮੰਤਰੀ ਕਿੱਥੇ ਗਿਆ,
ਬਾਏ ਬਾਏ ਫਰੀਦਕੋਟ ਲਾ ਸੀ ਯੂ ਲੇਟਰ ਖਾ ਪੀ ਕੇ ਆ ਗਏ ਹੁਣ ਅਸੀਂ ਠੰਡੇ ਵਾਲੀ ਠੰਡਾ ਗੈਂਗ ਜਾਂਦੀ ਆ ਸਾਰਾ ਸਾਰਾ ਮੁਲਕ ਠੰਡੇ ਚੱਕੀ ਆਉਂਦਾ ਦੇਖ ਬੱਚਾ ਮੁਲਕ ਤਾਂ ਬੋਤਲੇ ਚੱਕੀ ਆਉਂਦਾ ਸਾਡੀ ਠੰਡੇ ਵਾਲੀ ਪਾਰਟੀ ਪਾਰਟੀ ਸੋਚ ਕਾਹਦੀ ਪਾਰਟੀ ਕਿਸੇ ਗੱਲ ਦੀ ਪਾਰਟੀ ਬਸ ਬਿਨਾਂ ਗੱਲੋਂ ਪਾਰਟੀ ਹੈ ਨਹੀਂ ਪਾਰਟੀ ਬਿਨਾਂ ਗੱਲੋਂ ਪਾਰਟੀ ਕਰੇ ਅਸੀਂ ਤੇ ਜਦੋਂ ਤੁਹਾਨੂੰ ਮਿਲਦਾ ਕੱਲ ਨੂੰ ਤੇ ਕੱਲ ਨੂੰ ਦਿੰਦੇ ਤੁਹਾਨੂੰ ਲੌਂਗ ਬਾਟਲ ਦਾ ਰਿਵਿਊ ਮਤਲਬ ਕਿ ਅੱਜ ਵਾਲੇ ਵਲੌਗ ਦੇ ਵਿੱਚ ਤੇ ਹੁਣ ਮੈਂ ਹੁਣ ਹੋ ਗਿਆ ਦੂਜੇ ਦਿਨ ਤੇ ਮੈਂ ਆਇਆ ਸੀਗਾ ਬੈਂਕ ਦੇ ਵਿੱਚ ਤੇ ਉਹ ਤੁਹਾਨੂੰ ਮੈਂ ਡਿਟੇਲ ਦੱਸਦਾ ਬਾਅਦ 'ਚੋਂ ਫਿਲਹਾਲ ਮੈਂ ਚੱਲਿਆ ਘਰ ਨੂੰ ਅਤੇ ਬਾਅਦ 'ਚ ਦੱਸਦਾ ਵੀ ਬੈਂਕ ਕਿਹੜਾ ਕੀ ਸਿਸਟਮ ਹੋ ਗਿਆ ਅਤੇ ਹੁਣ ਆ ਗਿਆ ਜੀ ਮੈਂ ਘਰ ਅਤੇ ਹੁਣ ਮੈਂ ਦੱਸਦਾ ਤੁਹਾਨੂੰ ਬੈਂਕ ਵਾਲਾ ਕੀ ਸਿਸਟਮ ਹੋਇਆ ਮੈਂ ਗਿਆ ਸੀਗਾ ਏ ਟੀ ਐੱਮ ਦੇ ਵਿੱਚ ਅਤੇ ਏ ਟੀ ਐੱਮ 'ਚ ਮੈਂ 10,000 ਰੁਪਏ ਕਢਾਉਣ ਲੱਗਿਆ ਉਹ ਸਾਰਾ ਕੁਛ ਹੋ ਗਿਆ ਜਦੋਂ ਪੈਸੇ ਕੱਢਣ ਲੱਗੇ ਏ ਟੀ ਐੱਮ ਸ਼ਟ ਡਾਊਨ ਹੋ ਗਿਆ ਬੰਦ ਹੋ ਗਿਆ ਏ ਟੀ ਐੱਮ ਅਤੇ ਪੈਸੇ ਨਿਕਲੇ ਨਹੀਂ ਮੈਨੂੰ ਮੈਸੇਜ ਆ ਗਿਆ ਵੀ ਤੁਹਾਡੇ ਪੈਸੇ ਨਿਕਲ ਗਏ ਪਰ ਨਿਕਲੇ ਨਹੀਂ ਹੈਗੇ ਫਿਰ ਤਾਂ ਕਰਕੇ ਸ਼ਨੀਵਾਰ ਨੂੰ ਨਿਕਲੇ ਸੀ ਅਤੇ ਫਿਰ ਮੈਨੂੰ ਐਤਵਾਰ ਤਾਂ ਛੁੱਟੀ ਸੀ ਪਰ ਸੋਮਵਾਰ ਨੂੰ ਅੱਜ ਮੈਂ ਬੈਂਕ ਜਾ ਕੇ ਆਇਆ ਵੀ ਐਂ ਤਾਂ ਗੱਲ ਹੋ ਗਈ ਉਹਨਾਂ ਨੇ ਕੰਪਲੇਂਟ ਪਾ ਤੀ ਪਤਾ ਨਹੀਂ 10,000 ਮਿਲੇ ਮੁੜਨਗੇ ਪਤਾ ਨਹੀਂ ਮੁੜਨੇ ਉਹ ਕਿਤਾ ਕਹਿੰਦੇ ਵੀ ਹਫ਼ਤੇ ਦੇ ਵਿੱਚ ਦੱਸਾਂਗੇ ਤੁਹਾਨੂੰ ਐਂ ਜੇ ਪੰਗਾ ਪੈ ਗਿਆ ਅਤੇ ਬਾਕੀ ਚਲੋ ਦੇਖਦੇ ਹਾਂ ਆਉਂਦੇ ਨੇ ਕਿ ਨਹੀਂ ਆਉਂਦੇ ਬਾਕੀ ਇੱਥੇ ਕੁਛ ਕੁ ਜਾਣੇ ਖੇਡਣ ਲੱਗੇ ਪਏ ਨੇ ਕ੍ਰਿਕਟ ਉਹ ਖੜਾ ਮੰਤਰੀ ਉਹ ਖੜਾ ਹਨੇਰਾ ਅਤੇ ਬਾਕੀ ਸਾਰੇ ਖੜੇ ਨੇ ਅਤੇ ਕਿੱਥੇ ਕੋੜਾ ਵੀ ਖੜਾ ਕੋੜਾ ਜਿਹੜਾ ਪੱਤੇ ਖਾ ਰਿਹਾ ਇੱਕ ਆਪਣਾ ਆਹ ਕੋੜਾ ਖੜਾ ਕਿਉਂ ਮੈਂ ਝਾਕ ਰਿਹਾ ਪਰ ਮੇਰਾ ਤਾਂ ਹੈ ਨਹੀਂ ਮੂਡ ਕ੍ਰਿਕਟ ਖੇਡਣ ਦਾ ਜਮਾਂ ਹੀ ਕੰਧ 'ਚ ਨਾ ਬੱਜੀ ਇੱਥੇ ਖੇਡਦੇ ਹੁੰਦੇ ਨੇ ਕ੍ਰਿਕਟ ਅਤੇ ਉੱਧਰ ਛਿੱਕੇ ਛੁੱਕੇ ਮਾਰ ਰੱਖਿਆ ਨਹੀਂ ਹੋਇਆ ਇੱਧਰ ਜੇ ਇੱਧਰ ਹਾਂ ਪਾਰ ਜਾਂਦਾ ਤਾਂ ਆਊਟ ਹੋ ਜਾਂਦਾ ਸੀਗਾ ਇਹਨਾਂ ਨੇ ਰੱਖਿਆ ਇੱਧਰ ਆਊਟ ਰੱਖਿਆ ਹੋਇਆ ਸੀ ਪਰਸਨ ਮੈਂ ਦੱਸਦਾ ਆਹ ਦੇਖੋ ਜਿਹੜਾ ਬੋਲ ਇੱਧਰ ਮਾਰਦੇ ਨੂੰ ਆਊਟ ਰੱਖਦੇ ਸੀ ਕਿਉਂਕਿ ਇੱਧਰ ਸੀਗੀ ਕਣਕ ਪਹਿਲਾਂ ਖੜੀ ਅਤੇ ਜਿਨ੍ਹਾਂ ਦੀ ਕਣਕ ਸੀ ਉਹ ਅੰਕਲ ਬੋਲ ਜੋ ਚੱਕਦੇ ਸੀਗੇ ਤਾਂ ਗਾਲਾਂ ਕੱਢਦਾ ਸੀਗਾ ਅਤੇ ਕੱਢਣੀ ਹੋ ਸੀਗੀ ਕਿਉਂਕਿ ਫਸਲ ਖਰਾਬ ਕਰਦੀ ਸੀ ਅਗਲੇ ਦੀ ਪਰ ਇਹਨਾਂ ਜਿਹੜਾ ਹੁਣ ਕਣਕ ਵੱਢੀ ਗਈ ਹੁਣ ਖੇਡਣ ਲੱਗੇ ਨੇ ਦੁਬਾਰਾ ਤੋਂ ਪਰ ਇਹਦੇ ਵਿੱਚ ਉਹਨਾਂ ਨੂੰ ਲੱਭੀਆਂ ਪਹਿਲੇ ਤਾਂ 27 ਬੋਲਾਂ ਫਿਰ ਲੱਭੇ ਇਹਨਾਂ ਨੂੰ 15 ਬੋਲਾਂ ਯਾਨੀ ਕੁੱਲ ਬਣਾ ਕੇ ਇਹਨਾਂ ਨੇ 65 ਬੋਲਾਂ ਲੱਭ ਲਈਆਂ ਵਾਪਸ ਕਰੋ ਜਿੰਨੀਆਂ ਖੋਈਆਂ ਸੀ ਸਾਰੀਆਂ ਚੱਕ ਲਈਆਂ ਚਲੋ ਤਾਂ ਖੇਡੀ ਜਾਂਦੇ ਨੇ ਮੈਂ ਤੁਹਾਨੂੰ ਜਾ ਕੇ ਬਾਹਰੇ ਆ ਪਰ ਜਾ ਕੇ ਨਾ ਲੌਂਗ ਬੋਟਲ ਦਾ ਰਿਵਿਊ ਦਿੰਦਾ ਮੈਨੂੰ ਕੀ ਲੱਗਿਆ ਫਰਕ ਪਹਿਲਾਂ ਤਾਂ ਇਹਨੂੰ ਨਿਊਟਰਲ ਕਰਨਾ ਕਿਉਂਕਿ ਮੈਂ ਗੇਅਰ 'ਚ ਪਾ ਕੇ ਇਹਨੂੰ ਹੈਂਡ ਬ੍ਰੇਕ ਬਣਾਈ ਹੋਈ ਸੀ ਅੱਜ ਗੇਅਰ 'ਚ ਹੋਵੇ ਨਾ ਖੜਾ ਦੇਖੋ ਕੀ ਕਰਦਾ ਯਾਨੀ ਹੋਰ ਲੁੱਟ ਜਾ ਪਖੰਡ 'ਚ ਕਰਦਾ ਉਹ ਹੁਣ ਕਰ ਲਿਆ ਹੁਣ ਦੇਖੋ ਠੀਕ ਹੋ ਗਿਆ ਅਤੇ ਹੁਣ ਆਪਾਂ ਚੱਲੀਏ ਜਾਵਾਂ ਜਿੱਥੇ ਤੁਹਾਨੂੰ ਮੈਂ ਦੱਸਾਂ ਵੀ ਇਹਦਾ ਐਂ ਕਰਦਾ ਮੈਂ ਟੈਂਕੀ ਕੋਲ ਨੂੰ ਚੱਲਦਾ ਤੇਲ ਨਹੀਂ ਵੜਕ ਦੇਖ ਥੋੜ੍ਹਾ ਟੇਢਾ ਪਰ ਘੈਂਟ ਲੱਗਦਾ ਹਲ ਤੱਕ ਤਾਂ ਲਾਇਆ ਨਹੀਂ ਮੈਂ ਸੋਚਦਾ ਵੀ ਜਿਹੜਾ ਆਪਾਂ ਸਟਿੱਕਰ ਨਹੀਂ ਸੀ ਲਿਆਂਦਾ ਉਹ ਵਾਲਾ ਮੈਂ ਤੇਲ ਨਹੀਂ ਵੜਕ ਦੇਖ ਲਾ ਦਿੰਦਾ ਉੱਤੋਂ ਜੀ ਉਹ ਚਮਕਾ ਦਿੰਦਾ ਟੇਪ ਲਾਉਂਦਾ ਨਹੀਂ ਹੈਗਾ ਟੇਪ ਦੇ ਉੱਤੋਂ ਜੀ ਉਹ ਝਾੜ ਦਿੰਦਾ ਦੇਖੀ ਜੋ ਉਹ ਮੈਂ ਘਰ ਆਪ ਹੀ ਕਰਕੇ ਦੇਖਦਾ ਮੈਂ ਤਾਂ ਐਕਸਪੈਰੀਮੈਂਟ ਕਰਨ ਜੀ ਕਰਦਾ ਉਹ ਮੈਂ ਆਪ ਹੀ ਕਰੂੰ ਜੇ ਕਰੂੰ ਦੱਸੋ ਕਮੈਂਟ ਕਰਕੇ ਮੈਂ ਆਪ ਕਰਾਂ ਜਾਂ ਕਰਾ ਕੇ ਲਿਆਵਾਂ ਵੈਸੇ ਮੈਂ ਆਪ ਵੀ ਕਰ ਦੂੰ ਕੋਈ ਵੱਡੀ ਗੱਲ ਨਹੀਂ ਉੱਥੇ ਬਸ ਬਲੇਡੇ ਫਿਰਨਾ ਪਰ ਬਲੇਡ ਜੇ ਘਰੋੜ ਕੇ ਫੇਰਤਾ ਤਾਂ ਟੈਂਕੇ ਸਕਰੈਚ ਪੈ ਜੂ ਚਲੋ ਦੇਖੀ ਜਾਓ ਅਤੇ ਹੁਣ ਆ ਗਿਆ ਮੈਂ ਬਾਹਰਲੇ ਏਰੀਏ 'ਚ ਜਿੱਥੇ ਕਿਸੇ ਨੂੰ ਡਿਸਟਰਬੈਂਸ ਨਾ ਹੋਵੇ ਅਤੇ ਪਹਿਲੀ ਗੱਲ ਦੱਸਾਂ ਤਾਂ ਲੌਂਗ ਬੋਟਲ ਲੱਗਿਆ ਹੋਇਆ ਦੇਖੋ ਪਹਿਲਾਂ ਤਾਂ ਫਰਕ ਕਿੱਥੋਂ ਪਤਾ ਲੱਗਦਾ ਪਹਿਲੀ ਹੀ ਟਾਇਰ ਤੋਂ ਬਾਹਰ ਜਾਂਦਾ ਟਾਇਰ ਆਪਣਾ ਉਹਦੇ ਤੱਕ ਅਤੇ ਟਾਇਰ ਆਪਣਾ ਉਹਦੇ ਤੱਕ ਟਾਇਰ ਤੋਂ ਵੀ ਬਾਹਰ ਜਾਂਦਾ ਦੇਖਣ ਨੂੰ ਇਹ ਲੱਗ ਰਿਹਾ ਵੀ ਖਤਰਨਾਕ ਜਾ ਵੀ ਹਾਂ ਇਹ ਵੀ ਬਹੁਤ ਰਾਹਟ ਪਾਉਂਦਾ ਹੋਊ ਪਰ ਇਹ ਗੱਲ ਸਹੀ ਆ ਰਾਹਟ ਬਾਹਲਾ ਜ਼ਿਆਦਾ ਪਾਉਂਦਾ ਸੀ ਸ਼ਾਰਟ ਬੋਟਲ ਦੇ ਮੁਕਾਬਲੇ ਤਾਂ ਬਾਹਲਾ ਜ਼ਿਆਦਾ ਪਾਉਂਦਾ ਅਤੇ ਜੇ ਮੈਂ ਸਹੀ ਗੱਲ ਦੱਸਾਂ ਜਿਹੜਾ ਸ਼ਾਰਟ ਬੋਟਲ ਦੀ ਆਵਾਜ਼ ਆ ਉਹ ਬੜੀ ਘੈਂਟ ਆਵਾਜ਼ ਆ ਜਿਹੜੀ ਲੌਂਗ ਬੋਟਲ ਦੀ ਆਵਾਜ਼ ਆ ਉਹ ਉੱਨੀ ਘੈਂਟ ਨਹੀਂ ਹੈਗੀ ਜਿੰਨੀ ਸ਼ਾਰਟ ਬੋਟਲ ਦੀ ਆ ਜਿਹੜੀ ਪਤਲੀ ਮੂੰਹ ਦੀ ਗੱਲ ਕਰਦਾ ਮੈਨੂੰ ਲੱਗਦਾ ਜਿਵੇਂ ਅਤੇ ਮੈਂ ਜਿੰਨਾ ਕੁ ਨੂੰ ਹੋਰ ਸੁਣਾਈ ਆ ਅਤੇ ਲਗਭਗ ਕਹਿੰਦੇ ਵਧੀਆ ਵਧੀਆ ਅਤੇ ਦੂਜੇ ਕਹਿੰਦੇ ਕੁਛ ਕਹਿੰਦੇ ਵੀ ਸ਼ਾਰਟ ਬੋਟਲ ਦੀ ਜ਼ਿਆਦਾ ਵਧੀਆ ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਆ ਵੀ ਕਾਫੀ ਜਣਿਆਂ ਨੇ ਕਿਹਾ ਵੀ ਲੌਂਗ ਬੋਟਲ ਪਾ ਕੇ ਰੱਖ ਲੌਂਗ ਵਧੀਆ ਅਤੇ ਮੈਂ ਪਹਿਲੇ ਦਿਨ ਤਾਂ ਮੈਨੂੰ ਲੱਗਿਆ ਵੀ ਸ਼ਾਰਟ ਬੋਟਲ ਜ਼ਿਆਦਾ ਵਧੀਆ ਅਤੇ ਹੁਣ ਮੈਨੂੰ 2 ਤੋਂ 3 ਦਿਨ ਹੋ ਗਏ ਚਲਾਉਂਦੇ ਨੂੰ ਪਰ ਮੈਨੂੰ ਫਰਕ ਪਤਾ ਕੀ ਲੱਗਿਆ ਵੀ ਲੌਂਗ ਬੋਟਲ ਵੀ ਵਧੀਆ ਕਿਉਂਕਿ ਇਹ ਲੌਂਗ ਬੋਟਲ ਜਿਹੜੀ
ਇਹਦੀ ਆਵਾਜ਼ ਥੋੜ੍ਹੀ ਜਿਹੀ ਟਿਊਨ ਥੋੜ੍ਹੀ ਜਿਹੀ ਓਨੀ ਘੈਂਟ ਨਹੀਂ ਹੈਗੀ ਸ਼ੋਰਟ ਵਾਟਰ ਜਿੰਨੀ, ਪਰ ਇੰਨੀ ਜ਼ਿਆਦਾ ਲਾਊਡ ਆ ਨਾ ਇਹਨੂੰ ਹੌਲੀ ਚਲਾਉਣ ਦਾ ਵੀ ਬਹੁਤ ਨਜ਼ਾਰਾ ਆਉਂਦਾ, ਆਪਾਂ ਹੌਲੀ ਚਲਾਉਂਦੇ ਹਾਂ ਵਧੀਆ ਦੁੱਗ ਦੁੱਗ ਵਧੀਆ ਸੁਣਾਉਂਦੀ ਆ, ਅਤੇ ਮਾੜਾ ਇਹਨੂੰ 50-60 'ਤੇ ਲੈ ਜਾਂਦਾ ਫਿਰਦਾ ਬਹੁਤ ਜ਼ਿਆਦਾ ਰਾਹਟ ਪਾਉਂਦਾ, ਜੇ 60-70 'ਚ ਲੈ ਜਾਂਦਾ ਫਿਰ ਰਿਮੇਨ ਜੀ ਹੋ ਜਾਂਦੀ ਆ, ਪਰ ਇਹਨੀ ਇੱਕ ਘੱਟ ਸਪੀਡ 'ਤੇ ਇਹ ਜਿਹੜੀ ਆਵਾਜ਼ ਇਹਦੀ ਵਧੀਆ ਲੱਗਦੀ ਆ ਮੈਨੂੰ ਤਾਂ। ਅਤੇ ਇਹਦਾ ਇੱਕ ਹੋਰ ਜਿਹੜਾ ਉਹ ਲੱਗਿਆ ਮੈਨੂੰ ਫਰਕ, ਜਿਹੜਾ ਸ਼ੋਰਟ ਵਾਟਰ ਆ ਉਹਦੀ ਭਰ ਆਪਾਂ ਰੇਸ ਦਿੰਦੇ ਉਹਨੇ ਗਾਹ ਪਾਉਣਾ, ਜੋ ਰੇਸ ਛੱਡ ਦਿੰਦੇ ਹਾਂ ਫਿਰ ਉਹ ਚੁੱਪ ਜਿਹਾ ਕਰ ਜਾਂਦਾ, ਨਹੀਂ ਓਨਾ ਗਾਹ ਨਹੀਂ ਪਾਉਂਦਾ ਇਹਦਾ ਉਹ ਵੀ ਪਾਉਂਦਾ, ਪਰ ਇਹਦਾ ਦੇਖੋ ਕਿੰਨਾ ਫਰਕ ਆ। ਕਹਿਣਾ ਚਾਹੁੰਦਾ ਵੀ ਜਦੋਂ ਮੈਂ ਜਿਵੇਂ ਰੇਸ ਦਿੰਦਾ ਉਹ ਗਾਹ ਪਾਉਂਦਾ, ਜਦੋਂ ਰੇਸ ਛੱਡਦਾ ਫਿਰ ਵੀ ਓਨਾ ਹੀ ਗਾਹ ਪਾਉਂਦਾ ਇਹ, ਕਿਉਂਕਿ ਜਦੋਂ ਥੋੜ੍ਹੀ ਘੱਟ ਜਾਂਦੀ ਆ ਰੇਸ ਫਿਰ ਚੁੱਪ ਕਰਦਾ, ਸ਼ੋਰਟ ਵਾਟਰ ਨਹੀਂ ਐਂ ਕਰਦਾ ਉਹ, ਜਦੋਂ ਰੇਸ ਦਿੰਦੇ ਆ ਫਿਰ ਗਾਹ ਪਾਉਂਦਾ ਰੇਸ ਛੱਡ ਦਿੰਦੇ ਆ ਥੋੜ੍ਹਾ ਗਾਹ ਪਾ ਕੇ ਜਲਦੀ ਹਟ ਜਾਂਦਾ। ਇਹ ਥੋੜ੍ਹਾ ਜਿਹਾ ਵੱਧ ਲਾਊਡ ਆ, ਥੋੜ੍ਹਾ ਲਾਊਡ ਥੋੜ੍ਹਾ ਜਿਹਾ ਨਹੀਂ ਕੋਈ ਜ਼ਿਆਦਾ ਹੀ ਲਾਊਡ ਆ ਸ਼ੋਰਟ ਵਾਟਰ ਦੇ ਮੁਕਾਬਲੇ ਤਾਂ, ਪਰ ਜਿਹਨੂੰ ਮੈਂ ਦਿਖਾਉਣ ਅਗਲਾ ਕਹਿੰਦਾ ਬਈ ਓਨੀ ਘੈਂਟ ਆਵਾਜ਼ ਨਹੀਂ ਸ਼ੋਰਟ ਵਾਟਰ ਜਿੰਨੀ, ਪਰ ਉੱਚੀ ਦਾ ਬਹੁਤ ਆ, ਉੱਚੀ ਕਰਕੇ ਕਹਿ ਸਕਦਾ ਵੀ ਸਲੈਂਸਰ ਉੱਚਾ, ਪਰ ਹੋਰ ਕੋਈ ਗੱਲ ਨਹੀਂ ਹੈਗੀ। ਪਰ ਇਹ ਸਲੈਂਸਰ ਜਿਵੇਂ ਤੁਹਾਨੂੰ ਪਤਾ ਹੀ ਆ ਇਲੀਗਲ ਆ, ਇਹਨੂੰ ਕੋਈ ਵੀ ਲਵਾਉਣ ਦੀ ਨਾ ਸੋਚਿਓ। ਮੇਰਾ ਜਿਵੇਂ ਤੁਹਾਨੂੰ ਮੈਂ ਗੱਲ ਦੱਸਿਆ ਨਾ, ਮੇਰਾ ਜੀ ਕਦੇ ਕਦੇ ਕਰਦਾ ਵੀ ਮੈਂ ਓਰਿਜਨਲ ਸਲੈਂਸਰ ਅਤੇ ਓਰਿਜਨਲ ਬੈਂਡ ਪਾ ਕੇ ਦੇਖਾਂ, ਅਤੇ ਥੋੜ੍ਹਾ ਟਾਈਮ ਓਕਣੇ ਚਲਾਵਾਂ, ਪਤਾ ਨਹੀਂ ਮੇਰਾ ਵਿੱਚ ਵਿੱਚ ਜੀ ਜਾ ਕਰਦਾ, ਪਤਾ ਨਹੀਂ ਕਿਉਂ, ਦੱਸੋ ਕਮੈਂਟ ਕਰਕੇ ਕਣ ਕਰੀਏ ਕਿ ਨਾ ਕਰੀਏ। ਬਾਕੀ ਮੈਨੂੰ ਤਾਂ ਕਮੈਂਟ ਬਸ ਬਾਕੀ ਆਉਣਗੇ ਵੀ ਤੁਸੀਂ ਆਹੀ ਰੱਖੋ ਐਂ ਵਧੀਆ ਲੱਗਦਾ, ਉਦੋਂ ਬੰਦਾ ਸਕੂਟਰੀ ਲੱਗਦੀ ਆ। ਪਰ ਆਹ ਕੀ ਹੋ ਗਿਆ, ਉਹ ਤਾਂ ਕਿਸੇ ਨੇ ਪੈਰ ਵੀ ਨਹੀਂ ਰੱਖਿਆ, ਇਹ ਕੀ ਚਮਕ ਗਿਆ ਪਤਾ ਨਹੀਂ, ਉਹ ਤਾਂ ਕਿਸੇ ਨੇ ਪੈਰ ਹੀ ਨਹੀਂ ਰੱਖਿਆ, ਆਈ ਡੋਂਟ ਨੋ ਬ੍ਰੋ। ਅਤੇ ਫਿਲਹਾਲ ਮੈਂ ਲੌਂਗ ਬੋਟਲ ਬਾਰ ਦੱਸਤਾ, ਅਤੇ ਹੁਣ ਚੱਲਦਾ ਵਾਪਸ ਉਹਨਾਂ ਕੋਲ ਨੂੰ, ਅਤੇ ਪਤਾ ਨਹੀਂ ਮੇਰਾ 10,000 ਰੁਪਇਆ ਮੁੜੂਗਾ ਪਤਾ ਨਹੀਂ। ਦੱਸਿਓ ਕਮੈਂਟ ਕਰਕੇ ਤੁਹਾਡੇ ਨਾਲ ਕਦੇ ਆਏ ਹੋਇਆ ਵੀ ਏਟੀਐਮ 'ਚ ਪੈਸੇ ਕਢਾਉਣ ਲੱਗੇ ਹੋ ਅਤੇ ਏਟੀਐਮ ਜਵਾਬ ਦੇ ਗਿਆ ਹੋਵੇ। ਅਤੇ ਹੁਣ ਮੈਂ ਚੱਲਦਾ ਵਾਪਸ ਉਹਨਾਂ ਕੋਲ ਨੂੰ ਜਿਹੜੇ ਉਹ ਖੇਡਦੇ ਨੇ, ਅਤੇ ਤੁਹਾਨੂੰ ਹੁਣ ਆਵਾਜ਼ ਦੁਬਾਰਾ ਸੁਣਾ ਦਿੰਦੇ ਹਾਂ। ਵਧੀਆ ਆਵਾਜ਼ ਆ ਵੈਸੇ ਤਾਂ ਇਹਦੀ, ਐਂ ਸ਼ੋਰਟ ਵਾਟਰ ਦੀ ਉਨੀ ਨਹੀਂ ਆਉਣੀ, ਘੈਂਟ ਜੀ ਸੁਣਦੀ ਹੈਗੀ ਇਹਦੀ, ਵੱਧ ਸੁਣਦੀ ਆ, ਵਧੀਆ ਲੱਗਦੀ ਆ, ਘੱਟ ਆਵਾਜ਼ ਦਾ ਘੱਟ 'ਚ ਸਪੀਡ 'ਤੇ ਤਾਂ ਬਾਹਲੀ ਵਧੀਆ ਲੱਗਦੀ ਆ, ਮੈਨੂੰ ਵਧੀਆ ਲੱਗਦੀ ਆ, ਬਾਕੀ ਤੁਹਾਡਾ ਪਤਾ ਨਹੀਂ। ਅਤੇ ਬਾਕੀ ਸੂਰਜ ਵੀ ਥੱਲੇ ਨੂੰ ਜਾਣ ਵਾਲਾ ਹੀ ਆ, ਕਣਕਾਂ ਕੁਣਕਾਂ ਸਾਰੀਆਂ ਵੱਢੀਆਂ ਗਈਆਂ, ਅਤੇ ਧੂੜ ਵਾਲਾ ਮਾਹੌਲ ਜਿਹਾ ਥੋੜ੍ਹਾ ਜਿਹਾ ਘੱਟ ਗਿਆ, ਤੂੜੀ ਵਾਲਾ ਸਿਸਟਮ। ਚਲੋ ਅਤੇ ਪਹੁੰਚ ਗਿਆ, ਅਤੇ ਮੈਂ ਹੁਣੇ ਹੁਣ ਦੇਖਿਆ ਮੇਰਾ ਮੋਟਰ 10,000 ਕਿਲੋਮੀਟਰ ਚੱਲ ਗਿਆ, ਆਹ ਵਾਲੀ ਅੱਖਰ ਅੱਗੇ ਵਾਲਾ 0 ਹੁੰਦੀ ਸੀ, ਇਹ ਵੀ 1 ਆ ਗਈ, ਖਾਸ਼ਾ ਨੇ 0 ਆ ਗਿਆ, ਮੈਂ ਸਿਰਫ 70 ਕਿਲੋਮੀਟਰ ਆਪਣਾ ਪਤਾ ਹੀ ਨਹੀਂ ਲੱਗਿਆ, ਕਰ ਕੱਢਤਾ ਮੈਂ, ਦੇਖਿਆ ਨਹੀਂ 1,00,000 ਚੱਲ ਗਿਆ, 1,00,000 ਨਹੀਂ 10,000 ਬਸ ਜਦੋਂ ਹਟਦੇ ਹੁੰਦੇ ਨੇ ਅਸੀਂ ਹਟਦੇ ਹੁੰਦੇ ਨੇ, ਰੌਂਡੀ ਪਾ ਕੇ ਹਟਦੇ ਹੁੰਦੇ ਨੇ, ਹੁਣ ਇੱਕ ਦੂਜੇ ਨੇ ਕਹਿਣਾ ਵੀ ਤੂੰ ਰੌਂਡੀ ਪਾ ਰੋਣ ਵੜਿਆ, ਰੋਣ ਲੱਗ ਕੇ ਇੱਕ ਦੂਜੇ ਨੂੰ ਅਸੀਂ ਕਰੀ ਜਾਣੇ, ਦੇਖ ਹੁਣ ਕੱਲ੍ਹ ਤਾਂ ਕੱਲ੍ਹ ਨੂੰ ਫਿਰ ਖੇਡਣ ਲੱਗ ਜਾਣਗੇ। ਬਸ ਬਸ ਅੱਧੀ ਰਾਤ ਹੋ ਗਈ, ਚਲੋ ਚੱਲੀਏ। ਇੱਕ ਹੋਰ ਪਤਾ ਨਹੀਂ ਕਿਹਦਾ ਕਮੈਂਟ ਆਇਆ ਸੀਗਾ ਵੀ ਲੌਂਗ ਬੋਟ ਲੰਬਾ ਹੁੰਦਾ ਤਾਂ ਕਰਕੇ ਜਿਹੜੀ ਲਾਈਟ ਆ ਉਹ ਭੁੱਲੀ ਨਹੀਂ ਜਾਣੀ ਜੇ ਪਿੱਛੇ ਵੱਜਿਆ ਵੀ, ਦੇਖਦੇ ਹਾਂ ਪਹਿਲਾਂ ਸਲੈਂਸਰ ਟੱਚ ਹੁੰਦਾ ਕਿ ਲਾਈਟ, ਨਹੀਂ ਬਾਈ ਲਾਈਟ ਟੱਚ ਹੋ, ਪਹਿਲਾਂ ਲਾਈਟ ਹੀ ਹੁੰਦੀ ਆ ਬਾਈ, ਲਾਈਟ ਹੀ ਹੁੰਦੀ ਆ। ਅਤੇ ਹੁਣ ਹੋ ਗਿਆ ਜੀ ਹਨੇਰਾ, ਅਤੇ ਅੱਜ ਦਾ ਵਲੋਗ ਪੂਰੀ ਐਂਡ ਕਰਦੇ ਹਾਂ, ਅਤੇ ਮੈਂ ਸੋਚ ਰਿਹਾ ਨਾ ਇੰਡੀਕੇਟਰ ਵੀ ਸਮੋਕ ਕਰਾਉਣਾ, ਕਰਾਂ ਤਾਂ ਬਲੈਕ ਹੀ ਸਮੋਕ ਥੋੜ੍ਹੇ ਬਲੈਕ ਬਲੈਕ ਜੀ, ਚਲੋ ਦੇਖਾਂਗੇ ਕਰਕੇ, ਅਤੇ ਇੱਕ ਲਾਈਟਰ ਵੀ ਮੂਹਰੇ ਵਾਲੀ ਸੋਚਦਾ ਵੀ ਕਰਾ ਦਾਂ ਸਮੋਕ, ਅਤੇ ਬਾਕੀ ਚਲੋ ਦੇਖਾਂਗੇ। ਅਤੇ ਵਲੋਗ ਨੂੰ ਕਰਦੇ ਖਤਮ, ਜੇ ਕਿਸੇ ਦੇ ਮੈਂ ਸੋਚ ਰਿਹਾ ਵੀ ਓਰਿਜਨਲ ਸਲੈਂਸਰ ਪਾ ਲਾ, ਅਤੇ ਤੁਹਾਨੂੰ ਵੀ ਰਿਕਮੈਂਡ ਕਰੂੰਗਾ ਤੁਸੀਂ ਵੀ ਓਰਿਜਨਲ ਸਲੈਂਸਰ ਪਾ ਲਓ ਜਿਹਨਾਂ ਦੇ ਪਏ ਹੋਏ ਨੇ, ਕਿਉਂਕਿ ਚਲਾਨ ਹੁੰਦੇ ਨੇ, ਲੁਧਿਆਣੇ ਵਾਲੀ ਵੀਡੀਓ ਦੇਖੀ ਅੱਜ ਮੈਂ, ਉੱਥੇ ਚਲਾਨ ਕਰਦੇ ਸੀਗੇ ਜਿਹਨਾਂ ਦੇ ਆਹ ਸਲੈਂਸਰ ਪਾਏ ਹੋਏ ਸੀਗੇ, ਸੋ ਜਿਹਨਾਂ ਜਿਹਨਾਂ ਨੇ ਸਲੈਂਸਰ ਪਵਾਏ ਹੋਏ ਨੇ ਆ ਵਾਲੇ, ਤਾਂ ਜੇ ਬਚਣਾ ਚਾਹੁੰਦੇ ਚਲਾਨ ਤੋਂ ਤਾਂ ਓਰਿਜਨਲ ਪਾ ਲਓ, ਅਤੇ ਮਿਲਦਾ ਤੁਹਾਨੂੰ ਭਾਵੇਂ ਵਲੋਗ 'ਚ, ਤਦ ਤੱਕ ਲਈ ਓਕੇ ਬਾਏ, ਟਾਟਾ।